ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਧਿਰਾਂ ਦੇ ਵੱਲੋਂ, ਪਾਰਟੀਆਂ ਦੇ ਵੱਲੋਂ, ਜਥੇਬੰਦੀਆਂ ਦੇ ਵੱਲੋਂ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਜਾ ਰਹੇ ਨੇ। ਹੁਣ ਜਿਸ ਸ਼ਖਸ ਦੇ ਵੱਲੋਂ ਸੁਧੀਰ ਸੂਰੀ ਦਾ ਕਤਲ ਕੀਤਾ ਗਿਆ ਸੀ, ਸੰਦੀਪ ਸਿੰਘ ਸੰਨੀ, ਉਹ ਹੁਣ ਚੋਣ ਮੈਦਾਨ ਦੇ ਵਿੱਚ ਨਿਤਰੇਗਾ। ਨਾਮਜ਼ਦਗੀ ਫਾਰਮ ਭਰੇ ਜਾਣਗੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸੰਦੀਪ ਸਿੰਘ ਦਾ ਸਮਰਥਨ ਕੀਤਾ ਗਿਆ, ਉਸਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ। ਸੁਧੀਰ ਸੂਰੀ, ਜੋ ਕਿ ਹਿੰਦੂ ਸ਼ਿਵ ਸੈਨਾ ਦਾ ਆਗੂ ਸੀ, ਉਸਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਜਦੋਂ ਉਹ ਧਰਨੇ 'ਤੇ ਬੈਠਾ ਹੋਇਆ ਸੀ, ਤਾਂ ਹੁਣ ਸੰਦੀਪ ਸਿੰਘ, ਜਿਸ ਨੇ ਇਸ ਕਤਲ ਕਾਂਡ ਨੂੰ ਅੰਜਾਮ ਦਿੱਤਾ ਸੀ, ਉਹ ਲੋਕ ਸਭਾ ਦੀ ਚੋਣ ਲੜੇਗਾ, ਹਾਲਾਂਕਿ ਜੇਲ੍ਹ ਦੇ ਵਿੱਚ ਬੰਦ ਹੈ। ਤਾਂ ਦੱਸ ਦਈਏ ਕਿ ਜਿਸ ਨੇ ਸੁਧੀਰ ਸੂਰੀ ਨੂੰ ਮਾਰਿਆ ਸੀ, ਉਹ ਸ਼ਖਸ ਹੁਣ ਲੋਕ ਸਭਾ ਦੀ ਚੋਣ ਲੜੇਗਾ, ਔਰ ਉਸਦੇ ਹੱਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾਵੇਗਾ। ਅੰਮ੍ਰਿਤਸਰ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਸੰਦੀਪ ਸਿੰਘ ਉਸ ਨੌਜਵਾਨ ਦਾ ਨਾਮ ਸੀ, ਹਾਲਾਂਕਿ ਪੁਲਿਸ ਨੇ ਉਸਨੂੰ ਇੱਕ ਘਰ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਸੀ ਉਸ ਵੇਲੇ ਹੀ। ਤਾਂ ਹੁਣ ਉਸਦੇ ਵੱਲੋਂ ਲੋਕ ਸਭਾ ਦੀ ਚੋਣ ਲੜਨ ਦਾ ਐਲਾਨ ਕੀਤਾ ਗਿਆ। ਤਾਂ ਸੰਦੀਪ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਸਮੂਹ ਸਿੱਖ ਜਥੇਬੰਦੀਆਂ ਦੇ ਵੱਲੋਂ ਅੱਜ ਸਵੇਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਨਾਮਜ਼ਦਗੀ ਪੱਤਰ ਨੇ ਜਿਹੜੇ ਉਹ ਭਰੇ ਜਾਣਗੇ। ਤਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬ ਦੇ ਪਾਣੀਆਂ ਤੋਂ ਲੈ ਕੇ ਪੰਜਾਬ ਦੀ ਨੌਜਵਾਨੀ ਨਸ਼ੇ ਦੇ ਵਿੱਚ ਕਿਸ ਕਦਰ ਰੁੜਦੀ ਜਾ ਰਹੀ ਹੈ, ਇਹ ਤਮਾਮ ਮੁੱਦੇ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਸੰਦੀਪ ਸਿੰਘ, ਜੋ ਕਿ ਜੇਲ੍ਹ ਦੇ ਵਿੱਚ ਬੰਦ ਹੈ, ਜਿਸ ਨੇ ਸੁਧੀਰ ਸੂਰੀ ਨੂੰ ਮਾਰਿਆ ਸੀ, ਉਹ ਹੁਣ ਚੋਣ ਲੜੇਗਾ। ਮੈਂ ਧੰਨਵਾਦੀ ਹਾਂ ਜੀ ਉਹਨਾਂ ਦਾ। ਹਰੇਕ ਜੰਗ ਵੱਖ ਵੱਖ ਤਰੀਕੇ ਨਾਲ ਲੜੀ ਜਾਂਦੀ ਹੈ। ਜਿਹੜੀ ਪਾਰਲੀਮੈਂਟ ਦੀ ਜੰਗ ਹੈ, ਉਹਦੇ ਵਿੱਚ ਅਸੀਂ ਦਲੀਲ ਅਪੀਲ ਕਾਨੂੰਨ ਅਧੀਨ, ਇੰਟਰਨੈਸ਼ਨਲ ਕਾਨੂੰਨ ਅਧੀਨ ਆਪਣੇ ਕੌਮ ਦੀ ਗੱਲ ਰੱਖਣੀ ਹੈ। ਭਾਈ ਸੰਦੀਪ ਸਿੰਘ ਹੁਣਾਂ ਨੇ ਬਹੁਤ ਵੱਡਾ ਇੱਕ ਕੰਮ ਕੀਤਾ ਹੈਗਾ, ਪਰ ਜਿਹੜਾ ਸਾਨੂੰ ਲੋੜ ਅੱਜ ਦੇ ਦਿਨ ਦੀ ਹੈ, ਉਰਿਓਂ ਜਿਹੜਾ ਵੀ ਪਾਰਲੀਮੈਂਟ ਜਾਂਦਾ ਜਾਂ ਉਹਨੂੰ ਪਤਾ ਨਹੀਂ ਹੁੰਦਾ ਕਿਵੇਂ ਆਪਾਂ ਨੇ ਅਪਰੋਚ ਕਰਨਾ, ਸਰ ਸਿਮਰਨਜੀਤ ਸਿੰਘ ਮਾਨ ਨੇ ਇੱਕ ਬਹੁਤ ਵੱਡਾ ਸਾਡੇ ਲਈ ਢਾਂਚਾ ਬਣਾ ਕੇ ਦਿੱਤਾ ਹੈ, ਉਹਨੂੰ ਵਰਤ ਕੇ ਅਸੀਂ ਆਪਣੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਪਣੇ ਹੱਕਾਂ 'ਤੇ ਪਹਿਰਾ ਦੇ ਸਕਦੇ ਹਾਂ। ਮੈਂ ਸਮਝਦਾ ਕਿ ਸੰਨੀ ਜੀ ਨੇ ਜਿਹੜਾ ਇਹ ਬਿਆਨ ਕੀਤਾ ਹੈ, ਇਹ ਉਸ ਪਾਰਲੀਮੈਂਟ 'ਚ ਆਵਾਜ਼ ਉਲਾਉਣ ਵਾਸਤੇ ਸਾਨੂੰ ਬਹੁਤ ਵੱਡੀ ਇੱਕ ਹੋਕਾ ਭਰ ਰਹੀ ਹੈ, ਅਤੇ ਅਸੀਂ ਪ੍ਰਣ ਕਰਦੇ ਹਾਂ ਕਿ ਜਿਵੇਂ ਅੱਜ ਇਹ ਮੁੱਦੇ ਚੱਕੇ ਹੈ, ਪਾਰਲੀਮੈਂਟ 'ਚ ਜਾ ਕੇ ਗੂੰਗੇ ਬੋਲੇ ਨਹੀਂ ਬੈਠਾਂਗੇ। ਸਿੱਖਾਂ ਦੇ ਕਤਲੇਆਮ ਬਾਰੇ, ਸਿੱਖਾਂ ਦੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਬਾਰੇ ਡਟ ਕੇ ਪਹਿਰਾ ਦੇਵਾਂਗੇ।